ਬੀਤੇ ਦਿਨੀ ਗੜਸ਼ੰਕਰ ਦੇ ਪਿੰਡ ਪਦਰਾਣਾ ਵਿਖੇ ਹੋਈ ਭਗਵਾਨ ਸ਼ਿਵ ਸ਼ੰਕਰ ਦੀ ਮੂਰਤੀ ਦੀ ਬੇਅਦਬੀ ਅਤੇ ਪਿੰਡ ਬਡੇਸਰੋਂ ਵਿਖੇ ਹੋਏ ਮੂਰਤੀ ਚੋਰੀ ਦੀ ਘਟਨਾ ਤੋਂ ਬਾਅਦ ਹਿੰਦੂ ਸੰਗਠਨਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਅੱਜ ਹਿੰਦੂ ਜਥੇਬੰਦੀਆਂ ਨੇ ਥਾਣਾ ਗੜਸ਼ੰਕਰ ਦੀ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ 23 ਮਾਰਚ ਤੱਕ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ ਤਾਂ ਗੜਸ਼ੰਕਰ ਦੇ ਸਤਨੌਰ ਅੱਡੇ ਵਿਖੇ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਕਿਹਾ ਕਿ ਪਹਿਲਾਂ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਵਿਖੇ ਗਊਆਂ ਦਾ ਕਤਲ ਕਰਨ ਦੀ ਘਟਨਾ ਸਾਹਮਣੇ ਆਈ ਸੀ ਅਤੇ ਹੁਣ ਗੜਸ਼ੰਕਰ ਦੇ ਪਿੰਡ ਪਦਰਾਣਾ ਵਿਖੇ ਸ਼ੰਕਰ ਭਗਵਾਨ ਦੀ ਮੂਰਤੀ ਦੀ ਬੇਅਦਬੀ ਅਤੇ ਪਿੰਡ ਬਡੇਸਰੋਂ ਵਿਖੇ ਬਾਬਾ ਬਾਲਕਨਾਥ ਮੰਦਰ ਦੀ ਮੂਰਤੀ ਚੋਰੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮੌਕੇ ਹਿੰਦੂ ਜਥੇਬੰਦੀਆਂ ਨੇ ਕਿਹਾ ਕਿ ਜੇਕਰ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜਿਆ ਨਾ ਗਿਆ ਤਾਂ 23 ਮਾਰਚ ਨੂੰ ਗੜਸ਼ੰਕਰ ਦੇ ਪਿੰਡ ਅੱਡਾ ਸਤਨੌਰ ਵਿਖੇ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਰੋਕ ਕੇ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਪਹਿਲਾਂ ਪ੍ਰਸ਼ਾਸਨ ਨੇ ਅੱਜ ਦਾ ਸ਼ਨੀਵਾਰ ਦਾ 11 ਵਜੇ ਤੱਕ ਸਮਾਂ ਦਿੱਤਾ ਸੀ ਅਤੇ ਸਾਡੇ ਸਾਰੇ ਯੂਥ ਕਾਫੀ ਜੋਸ਼ ਨਾਲ ਭਰੇ ਹੋਏ ਆ, ਗੁੱਸੇ ਦੇ ਵਿੱਚ ਆ ਕਿ ਸਾਡੇ ਜੋ ਵੀ ਬੇਅਦਬੀਆਂ ਹੋ ਰਹੀਆਂ ਨੇ। ਅਤੇ ਹੁਣ ਪ੍ਰਸ਼ਾਸਨ ਨੇ ਸਾਨੂੰ SHO ਸਾਹਿਬ ਨੇ ਬੁੱਧਵਾਰ ਤੱਕ ਦਾ 11 ਵਜੇ ਤੱਕ ਦਾ ਸਮਾਂ ਦਿੱਤਾ। ਜੇਕਰ 11 ਵਜੇ ਤੱਕ ਮੁਜਰਮ ਨਹੀਂ ਫੜੇ ਜਾਂਦੇ ਤਾਂ ਮੈਨੂੰ ਲੱਗਦਾ ਸ਼ਾਇਦ ਸਾਡੇ ਕੋਲ ਸਾਡਾ ਯੂਥ ਨਹੀਂ ਸਾਂਭਿਆ ਜਾਣਾ, ਫਿਰ ਸ਼ਾਇਦ ਧਰਨੇ ਨਹੀਂ, ਮੈਨੂੰ ਲੱਗਦਾ ਸ਼ਾਇਦ ਅੱਗਾਂ ਲੱਗੂਗੀਆਂ ਪੰਜਾਬ ਦੇ ਵਿੱਚ, ਸ਼ਹਿਰ ਦੇ ਵਿੱਚ ਮਾਹੌਲ ਬਹੁਤ ਖਰਾਬ ਹੋਣ ਦੇ ਚਾਂਸ ਨੇ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਬੁੱਧਵਾਰ ਤੋਂ ਪਹਿਲਾਂ ਮੁਜਰਮਾਂ ਨੂੰ ਫੜਿਆ ਜਾਵੇ ਅਤੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਧਾਰਾ ਲਾਈ ਜਾਵੇ ਤਾਂ ਕਿ ਸਾਨੂੰ ਇਨਸਾਫ਼ ਮਿਲ ਸਕੇ। ਜੀ, ਅਸੀਂ ਪੂਰੇ ਇਹਨਾਂ ਨੇ ਪ੍ਰਸ਼ਾਸਨ ਨੇ ਸਾਡੇ ਕੋਲ ਪਹਿਲਾਂ ਐਤਵਾਰ ਦਾ ਤਕੜਾ ਟਾਈਮ ਲਿਆ, ਸ਼ਨੀ ਐਤਵਾਰ, ਅਸੀਂ ਸਾਰੇ ਜਣੇ ਆ ਜੋ ਯੂਥ ਜਿੰਨੇ ਵੀ ਸੀ ਆਲੇ ਦੁਆਲੇ ਪਿੰਡਾਂ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਸ਼ਹਿਰ ਵਾਲੇ ਗਏ ਹਾਂ। ਔਰ ਜੇ ਇਹਨਾਂ ਨੇ ਸਾਨੂੰ ਨਹੀਂ ਕੀਤਾ ਗਿਆ ਤਾਂ SHO ਸਾਹਮਣੇ ਸਾਨੂੰ ਆਸ਼ਵਾਸਨ ਦਿੱਤਾ ਕਿ ਜੇ ਅਸੀਂ ਸਾਨੂੰ 2-3 ਦਿਨ ਦਾ ਟਾਈਮ ਦਿੱਤਾ ਜਾਵੇ, ਬੁੱਧਵਾਰ ਤੱਕ ਦਾ ਟਾਈਮ ਲਿਆ ਸੀ ਸਵੇਰੇ 11 ਵਜੇ ਤੱਕ, ਤਾਂ ਜੇ ਤਾਂ 11 ਵਜੇ ਤੱਕ ਨਹੀਂ ਕਰਦੇ ਤਾਂ ਅਸੀਂ ਪੂਰੇ ਸ਼ਹਿਰ ਨੂੰ ਜਾਮ ਕੀਤਾ ਜਾਊਗਾ ਅਤੇ ਉਹਦੇ ਵਿੱਚ ਕੋਈ ਜਿਹੜਾ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਹੋਊਗਾ ਸਾਡਾ ਉਹਦੇ ਵਿੱਚ ਕੋਈ ਹੱਥ ਨਹੀਂ ਹੋਊਗਾ, ਕਿਉਂਕਿ ਜਿੰਨੇ ਵੀ ਹੈਗੇ ਮਾਹੌਲ ਖਰਾਬ ਕਰਨ ਦੇ ਵਿੱਚ ਜਿੰਨੇ ਵੀ ਹੈਗੇ ਆ ਇਹ ਸਾਡੇ ਧਰਮ ਨੂੰ ਲੈ ਕੇ ਟਾਰਗੇਟ ਕੀਤਾ ਜਾ ਰਿਹਾ ਵਾ ਕਿ ਜਿਹੜਾ ਕਿ ਕਿਉਂਕਿ ਪਹਿਲਾਂ ਭਗਵਾਨ ਉੱਥੇ ਟਾਂਡੇ ਦੇ ਵਿੱਚ ਗਊਆਂ ਦਾ ਹੱਤਿਆ ਕੀਤੀ ਗਈ, ਫਿਰ ਉਸ ਤੋਂ ਬਾਅਦ ਸ਼ੰਕਰ ਭਗਵਾਨ ਦੇ ਸਵਰੂਪ ਨੂੰ ਖੰਡਿਤ ਕੀਤਾ ਗਿਆ ਅਤੇ ਉਸ ਤੋਂ ਬਾਅਦ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਨੂੰ ਚੱਕ ਕੇ ਲੈ ਗਏ। ਸਿਰਫ ਔਰ ਸਿਰਫ ਇਹਦੇ ਵਿੱਚ ਇਹੀ ਤੁਹਾਨੂੰ ਦੱਸਿਆ ਕਿ ਸਿਰਫ ਹਿੰਦੂ ਧਰਮ ਨੂੰ, ਸਨਾਤਨ ਧਰਮ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ। ਇਹ ਹੁਣ ਗੱਲ ਸਾਰੇ ਨੇ ਭੁੱਲ ਜਾਓ ਕਿ ਹਿੰਦੂ ਚੁੱਪ ਬੈਠੂਗਾ, ਅਸੀਂ ਸਾਰੇ ਹੁਣ ਅੱਗੇ ਹੋ ਕੇ ਵੱਧ ਕੇ ਇਸ ਸ਼ਹਿਰ ਨੂੰ ਬੰਦ ਕਰਾਵਾਂਗੇ। ਫਿਰ ਵੀ ਇੱਕ ਵਾਰ ਪ੍ਰਸ਼ਾਸਨ ਹੋਇਆ ਕਿ ਜੇ ਇਹਨੂੰ ਸਾਂਭ ਸਕਦੇ ਸਾਂਭ ਲਓ। ਅਸੀਂ ਇਸ ਦੇ ਪੂਰੀ ਡੁੰਘਾਈ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜੋ ਟੈਕਨੀਕਲ ਤਰੀਕੇ ਨਾਲ ਹੋਰ ਵੀ ਸਾਰੇ ਤਰੀਕੇ ਨਾਲ ਹਰੇਕ ਐਂਗਲ ਤੋਂ ਅਸੀਂ ਇਹ ਕਰ ਰਹੇ ਹਾਂ। ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਅਸੀਂ ਇਹਨੂੰ ਕਰੈਕ ਕਰ ਲਾਂਗੇ ਔਰ ਬਹੁਤ ਜਲਦੀ ਇਹ ਦੋਸ਼ੀਆਂ ਨੂੰ ਫੜ ਕੇ ਅੰਦਰ ਭੇਜਾਂਗੇ।